ਸ਼੍ਰੋਮਣੀ ਕਮੇਟੀ ਵੱਲੋਂ ਜਿਹੜੀ ਸੌਦਾ ਸਾਹਿਬ ਦੀ ਪਰੋਲ ਦੇ ਖਿਲਾਫ ਜੋ ਰਿਟ ਪਾਈ ਗਈ ਸੀ, ਜਿਹਦੇ ਬਾਰੇ ਲੋਕਾਂ ਨੇ ਬੜੇ ਭੰਬਲ ਭੂਸੇ ਖੜੇ ਕੀਤੇ ਸੀ, ਉਹ ਰਿਟ ਜਿਹੜੀ ਆ ਅੱਜ ਪੇਸ਼ ਹੋ ਗਈ ਆ ਤੇ 9 ਜਿਹੜੀਆਂ ਸੰਬੰਧਿਤ ਧਿਰਾਂ ਨੂੰ ਜਿਹੜਾ ਕਿ ਨੋਟਿਸ ਚਲਿਆ ਗਿਆ, ਜਿਹਦੀ ਅਗਲੀ ਤਰੀਕ 21 ਤਰੀਕ ਪਾਈ ਗਈ ਆ, ਜਦੋਂ ਕਿ ਉਹਨਾਂ ਨੂੰ ਇਸ ਮਾਮਲੇ ਸੱਦਿਆ ਗਿਆ। ਸੋ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਇੱਕ ਸਿੱਖਾਂ ਦੀ ਇੱਕ ਸਰਵਉੱਚ ਸੰਸਥਾ ਹੈ, ਜਿਹੜੀ ਆਪਣਾ ਬਣਦਾ ਫਰਜ਼ ਅਦਾ ਕਰਦੀ ਆ। ਸੋ ਆਪਦੀ ਜਾਣਕਾਰੀ ਲਈ ਇਹ ਹੈ ਕਿ ਹਾਈ ਕੋਰਟ ਦੇ ਵਿੱਚ ਰਿਟ ਲੱਗ ਚੁੱਕੀ ਆ, 9 ਬੰਦਿਆਂ ਨੂੰ ਨੋਟਿਸ ਜਾ ਚੁੱਕਿਆ ਤੇ 21 ਤਰੀਕ ਅਗਲੀ ਫਰਵਰੀ ਪਾਈ ਗਈ। ਸ਼੍ਰੋਮਣੀ ਕਮੇਟੀ ਵੱਲੋਂ ਜਿਹੜੀ ਸੌਦਾ ਸਾਹਿਬ ਦੀ ਪਰੋਲ ਦੇ ਖਿਲਾਫ ਜੋ ਰਿਟ ਪਾਈ ਗਈ ਸੀ, ਜਿਹਦੇ ਬਾਰੇ ਲੋਕਾਂ ਨੇ ਬੜੇ ਭੰਬਲ ਭੂਸੇ ਖੜੇ ਕੀਤੇ ਸੀ, ਉਹ ਰਿਟ ਜਿਹੜੀ ਆ ਅੱਜ ਪੇਸ਼ ਹੋ ਗਈ ਆ ਤੇ 9 ਜਿਹੜੀਆਂ ਸੰਬੰਧਿਤ ਧਿਰਾਂ ਨੂੰ ਜਿਹੜਾ ਕਿ ਨੋਟਿਸ ਚਲਿਆ ਗਿਆ, ਜਿਹਦੀ ਅਗਲੀ ਤਰੀਕ 21 ਤਰੀਕ ਪਾਈ ਗਈ ਆ, ਜਦੋਂ ਕਿ ਉਹਨਾਂ ਨੂੰ ਇਸ ਮਾਮਲੇ ਸੱਦਿਆ ਗਿਆ। ਸੋ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਇੱਕ ਸਿੱਖਾਂ ਦੀ ਇੱਕ ਸਰਵਉੱਚ ਸੰਸਥਾ ਹੈ, ਜਿਹੜੀ ਆਪਣਾ ਬਣਦਾ ਫਰਜ਼ ਅਦਾ ਕਰਦੀ ਆ। ਸੋ ਆਪਦੀ ਜਾਣਕਾਰੀ ਲਈ ਇਹ ਹੈ ਕਿ ਹਾਈ ਕੋਰਟ ਦੇ ਵਿੱਚ ਰਿਟ ਲੱਗ ਚੁੱਕੀ ਆ, 9 ਬੰਦਿਆਂ ਨੂੰ ਨੋਟਿਸ ਜਾ ਚੁੱਕਿਆ ਤੇ 21 ਤਰੀਕ ਅਗਲੀ ਫਰਵਰੀ ਪਾਈ ਗਈ। ਸ਼੍ਰੋਮਣੀ ਕਮੇਟੀ ਵੱਲੋਂ ਜਿਹੜੀ ਸੌਦਾ ਸਾਹਿਬ ਦੀ ਪਰੋਲ ਦੇ ਖਿਲਾਫ ਜੋ ਰਿਟ ਪਾਈ ਗਈ ਸੀ, ਜਿਹਦੇ ਬਾਰੇ ਲੋਕਾਂ ਨੇ ਬੜੇ ਭੰਬਲ ਭੂਸੇ ਖੜੇ ਕੀਤੇ ਸੀ, ਉਹ ਰਿਟ ਜਿਹੜੀ ਆ ਅੱਜ ਪੇਸ਼ ਹੋ ਗਈ ਆ ਤੇ 9 ਜਿਹੜੀਆਂ ਸੰਬੰਧਿਤ ਧਿਰਾਂ ਨੂੰ ਜਿਹੜਾ ਕਿ ਨੋਟਿਸ ਚਲਿਆ ਗਿਆ, ਜਿਹਦੀ ਅਗਲੀ ਤਰੀਕ 21 ਤਰੀਕ ਪਾਈ ਗਈ ਆ, ਜਦੋਂ ਕਿ ਉਹਨਾਂ ਨੂੰ ਇਸ ਮਾਮਲੇ ਸੱਦਿਆ ਗਿਆ। ਸੋ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਇੱਕ ਸਿੱਖਾਂ ਦੀ ਇੱਕ ਸਰਵਉੱਚ ਸੰਸਥਾ ਹੈ, ਜਿਹੜੀ ਆਪਣਾ ਬਣਦਾ ਫਰਜ਼ ਅਦਾ ਕਰਦੀ ਆ। ਸੋ ਆਪਦੀ ਜਾਣਕਾਰੀ ਲਈ ਇਹ ਹੈ ਕਿ ਹਾਈ ਕੋਰਟ ਦੇ ਵਿੱਚ ਰਿਟ ਲੱਗ ਚੁੱਕੀ ਆ, 9 ਬੰਦਿਆਂ ਨੂੰ ਨੋਟਿਸ ਜਾ ਚੁੱਕਿਆ ਤੇ 21 ਤਰੀਕ ਅਗਲੀ ਫਰਵਰੀ ਪਾਈ ਗਈ। ਸ਼੍ਰੋਮਣੀ ਕਮੇਟੀ ਵੱਲੋਂ ਜਿਹੜੀ ਸੌਦਾ ਸਾਹਿਬ ਦੀ ਪਰੋਲ ਦੇ ਖਿਲਾਫ ਜੋ ਰਿਟ ਪਾਈ ਗਈ ਸੀ, ਜਿਹਦੇ ਬਾਰੇ ਲੋਕਾਂ ਨੇ ਬੜੇ ਭੰਬਲ ਭੂਸੇ ਖੜੇ ਕੀਤੇ ਸੀ, ਉਹ ਰਿਟ ਜਿਹੜੀ ਆ ਅੱਜ ਪੇਸ਼ ਹੋ ਗਈ ਆ ਤੇ 9 ਜਿਹੜੀਆਂ ਸੰਬੰਧਿਤ ਧਿਰਾਂ ਨੂੰ ਜਿਹੜਾ ਕਿ ਨੋਟਿਸ ਚਲਿਆ ਗਿਆ, ਜਿਹਦੀ ਅਗਲੀ ਤਰੀਕ 21 ਤਰੀਕ ਪਾਈ ਗਈ ਆ, ਜਦੋਂ ਕਿ ਉਹਨਾਂ ਨੂੰ ਇਸ ਮਾਮਲੇ ਸੱਦਿਆ ਗਿਆ। ਸੋ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਇੱਕ ਸਿੱਖਾਂ ਦੀ ਇੱਕ ਸਰਵਉੱਚ ਸੰਸਥਾ ਹੈ, ਜਿਹੜੀ ਆਪਣਾ ਬਣਦਾ ਫਰਜ਼ ਅਦਾ ਕਰਦੀ ਆ। ਸੋ ਆਪਦੀ ਜਾਣਕਾਰੀ ਲਈ ਇਹ ਹੈ ਕਿ ਹਾਈ ਕੋਰਟ ਦੇ ਵਿੱਚ ਰਿਟ ਲੱਗ ਚੁੱਕੀ ਆ, 9 ਬੰਦਿਆਂ ਨੂੰ ਨੋਟਿਸ ਜਾ ਚੁੱਕਿਆ ਤੇ 21 ਤਰੀਕ ਅਗਲੀ ਫਰਵਰੀ ਪਾਈ ਗਈ। ਸ਼੍ਰੋਮਣੀ ਕਮੇਟੀ ਵੱਲੋਂ ਜਿਹੜੀ ਸੌਦਾ ਸਾਹਿਬ ਦੀ ਪਰੋਲ ਦੇ ਖਿਲਾਫ ਜੋ ਰਿਟ ਪਾਈ ਗਈ ਸੀ, ਜਿਹਦੇ ਬਾਰੇ ਲੋਕਾਂ ਨੇ ਬੜੇ ਭੰਬਲ ਭੂਸੇ ਖੜੇ ਕੀਤੇ ਸੀ, ਉਹ ਰਿਟ ਜਿਹੜੀ ਆ ਅੱਜ ਪੇਸ਼ ਹੋ ਗਈ ਆ ਤੇ 9 ਜਿਹੜੀਆਂ ਸੰਬੰਧਿਤ ਧਿਰਾਂ ਨੂੰ ਜਿਹੜਾ ਕਿ ਨੋਟਿਸ ਚਲਿਆ ਗਿਆ, ਜਿਹਦੀ ਅਗਲੀ ਤਰੀਕ 21 ਤਰੀਕ ਪਾਈ ਗਈ ਆ, ਜਦੋਂ ਕਿ ਉਹਨਾਂ ਨੂੰ ਇਸ ਮਾਮਲੇ ਸੱਦਿਆ ਗਿਆ। ਸੋ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਇੱਕ ਸਿੱਖਾਂ ਦੀ ਇੱਕ ਸਰਵਉੱਚ ਸੰਸਥਾ ਹੈ, ਜਿਹੜੀ ਆਪਣਾ ਬਣਦਾ ਫਰਜ਼ ਅਦਾ ਕਰਦੀ ਆ। ਸੋ ਆਪਦੀ ਜਾਣਕਾਰੀ ਲਈ ਇਹ ਹੈ ਕਿ ਹਾਈ ਕੋਰਟ ਦੇ ਵਿੱਚ ਰਿਟ ਲੱਗ ਚੁੱਕੀ ਆ, 9 ਬੰਦਿਆਂ ਨੂੰ ਨੋਟਿਸ ਜਾ ਚੁੱਕਿਆ ਤੇ 21 ਤਰੀਕ ਅਗਲੀ ਫਰਵਰੀ ਪਾਈ ਗਈ।